ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਰਣਜੀਤ ਐਵਨਿਊ ਵਿਖੇ ਸਾਡੀ ਪੁਲਿਸ ਪਾਰਟੀ ਨੇ ਬੇਅੰਤ ਪਾਰਕ ਵਿਖੇ ਇੱਕ ਨਾਕਾ ਲਗਾਇਆ ਹੋਇਆ ਸੀ। ਸ਼ੱਕ ਦੇ ਆਧਾਰ 'ਤੇ ਜਦੋਂ ਅਸੀਂ ਦੋ ਨੌਜਵਾਨ ਨੂੰ ਰੋਕਿਆ ਤਾਂ ਉਹਨਾਂ ਕੋਲੋਂ ਸਾਨੂੰ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਹੋਇਆ, ਜਿਨ੍ਹਾਂ ਦੋਨਾਂ ਦਾ ਨਾਮ ਲਵਪ੍ਰੀਤ ਸਨ ਆਫ ਜਸਪਾਲ ਸਿੰਘ ਜੋ ਕਿ ਵਰਿਆਮ ਦਾ ਰਹਿਣ ਵਾਲਾ, ਅਤੇ ਦੂਸਰਾ ਦੋਸ਼ੀ ਸਰੂਪ ਸਿੰਘ ਸਨ ਆਫ ਸੰਦੋਖ ਸਿੰਘ ਜੋ ਕਿ ਚੂਚਕ ਵਾਲਾ ਅਜਨਾਲੇ ਦਾ ਰਹਿਣ ਵਾਲਾ। ਇਹਨਾਂ ਵਿੱਚ ਜੋ ਲਵਪ੍ਰੀਤ ਸਿੰਘ ਹੈ ਇਸ 'ਤੇ ਪਹਿਲਾਂ ਚੋਰੀ ਦਾ ਮੁਕੱਦਮਾ ਹੋਇਆ। ਜਦੋਂ ਅਸੀਂ ਦੋਨਾਂ ਨੂੰ ਅਰੈਸਟ ਕਰਕੇ ਇਹਦੀ ਇਨਵੈਸਟੀਗੇਸ਼ਨ ਆਰੰਭੀ ਤਾਂ ਜਦੋਂ ਅਸੀਂ ਕੋਰਟ 'ਚ ਪੇਸ਼ ਕੀਤਾ ਸਾਨੂੰ 2 ਦਿਨ ਦਾ ਰਿਮਾਂਡ ਮਿਲਿਆ, ਜਿਸ ਵਿੱਚ ਅਸੀਂ ਇਸ ਤੋਂ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ। ਦੁਬਾਰਾ 3 ਦਿਨ ਦਾ ਰਿਮਾਂਡ ਲੈ ਕੇ ਇਸ ਕੋਲੋਂ ਅਸੀਂ ਹੁਣ ਤੱਕ ਟੋਟਲ 11 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ। ਜਿਵੇਂ ਕਿ ਦੋਸ਼ੀ ਉੱਤੇ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਸੀ, ਸੋ ਇਹਨਾਂ ਨੂੰ ਉਹਨਾਂ ਨੇ ਅਸੀਂ ਬੇਲ ਤੋਂ ਆਉਣ ਤੋਂ ਬਾਅਦ ਵੀ ਆਪਣਾ ਜੋ ਗੋਰਖ ਧੰਦਾ ਸੀ ਉਹ ਜਾਰੀ ਰੱਖਿਆ, ਅਤੇ ਹੁਣ ਅਸੀਂ ਅੱਜ ਇਹਨੂੰ 28 ਤਰੀਕ ਨੂੰ ਅੱਜ ਅਸੀਂ ਫਿਰ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਅਤੇ ਅੱਗੇ ਰਿਮਾਂਡ ਲੈ ਕੇ ਅਸੀਂ ਚੋਰੀ ਦੇ ਮੁਕੱਦਮੇ ਹੋਰ ਵੀ ਟਰੇਸ ਕਰਾਂਗੇ ਅਤੇ ਹੋਰ ਵੀ ਇਹਨਾਂ ਕੋਲ ਮੋਟਰਸਾਈਕਲ ਬਰਾਮਦ ਹੋਣ ਦੀ ਪੂਰੀ ਆਸ ਹੈ। ਨਸ਼ਾ ਕਰਨ ਦੇ ਆਦੀ ਇਹੋ ਜਿਹੀ ਕੋਈ ਹਜੇ ਤੱਕ ਗੱਲ ਸਾਹਮਣੇ ਨਹੀਂ ਆਈ ਨਸ਼ਾ ਕਰਨ ਵਾਲੀ। ਸਰ ਪਤਾ ਲੱਗਾ ਕਿ ਕਿੱਥੋਂ ਚੋਰੀ ਕਰਦੇ ਸੀ ਤੇ ਕਿਤੇ ਕਿਤੇ ਵੇਚਦੇ ਸੀ? ਜੋ ਹਜੇ ਤੱਕ ਸਾਡੇ ਕੋਲ ਟੋਟਲ 11 ਵਹੀਕਲ ਬਰਾਮਦ ਹੋਏ ਨੇ, ਇਹ ਇਹਨਾਂ ਨੇ ਅਲੱਗ ਅਲੱਗ ਜਗ੍ਹਾ ਤੋਂ ਚੋਰੀ ਕੀਤੇ ਹੋਏ ਸੀ, ਜਿਸ ਵਿੱਚ ਕੁਛ ਮੋਟਰਸਾਈਕਲ ਇਹਨਾਂ ਨੇ ਸਾਡੇ ਅੰਮ੍ਰਿਤਸਰ ਕਮਿਸ਼ਨ ਦੇ ਏਰੀਏ 'ਚੋਂ ਚੋਰੀ ਕੀਤੇ ਸੀ ਅਤੇ ਕੁਛ ਅੰਮ੍ਰਿਤਸਰ ਰੂਰਲ ਦੇ ਏਰੀਏ 'ਚੋਂ ਬਰਾਮਦ ਕੀਤੇ ਸੀ, ਅਤੇ ਇਹ ਮੋਟਰਸਾਈਕਲ ਅੱਗੇ ਇਹ ਬਹੁਤ ਹੀ ਘੱਟ ਦਾਮਾਂ 'ਤੇ ਵੇਚ ਦਿੰਦੇ ਸੀ ਅਤੇ ਇਹ ਟੋਟਲ ਹੁਣ ਤੱਕ ਇਹਨਾਂ ਕੋਲੋਂ 11 ਮੋਟਰਸਾਈਕਲ ਬਰਾਮਦ ਹੋਏ। ਸਰ ਜਿਨ੍ਹਾਂ ਨੂੰ ਵੇਚਦੇ ਸੀ ਉਹਨਾਂ ਦਾ ਕੁਛ ਪਤਾ ਲੱਗਾ? ਹੁਣ ਤੱਕ ਜੀ ਜੋ ਅਸੀਂ 11 ਮੋਟਰਸਾਈਕਲ ਬਰਾਮਦ ਕੀਤੇ ਨੇ ਇਹਨਾਂ ਦੇ ਅਸੀਂ ਜਿੰਨੇ ਲੋਕਾਂ ਕੋਲੋਂ ਬਰਾਮਦ ਹੋਏ ਨੇ ਉਹਨਾਂ ਦੀ ਸਾਰਿਆਂ ਦੀ ਲਿਸਟਿੰਗ ਕੀਤੀ ਹੈ। ਅਗਰ ਕਿਸੇ ਨੂੰ ਇਸ ਚੀਜ਼ ਦੀ ਨੌਲੇਜ ਸੀ ਕਿ ਉਹਨਾਂ ਨੇ ਚੋਰੀ ਦਾ ਮੋਟਰਸਾਈਕਲ ਰਸੀਵ ਕੀਤਾ ਵਾ ਤਾਂ ਉਹਨਾਂ ਨੂੰ ਅਸੀਂ ਨਾਮਿਤ ਕਰਾਂਗੇ। ਅਗਰ ਇਹਨਾਂ ਨੇ ਝੂਠ ਮਾਰ ਕੇ ਜਾਂ ਜਾਲੀ ਆਰਸੀਆਂ ਭਰਾ ਕੇ ਜਾਲੀਆਂ ਨੰਬਰ ਪਲੇਟਾਂ ਲਾ ਕੇ ਇਹਨਾਂ ਨੇ ਇਹ 'ਚ ਕੰਮ ਕੀਤਾ ਵਾ ਤਾਂ ਜਿਵੇਂ ਕਿ ਸਾਡੇ ਇਹ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਤੱਕ ਆਇਆ ਵੀ ਹੈ ਕਿ ਕੁਛ 4-5 ਮੋਟਰਸਾਈਕਲ 'ਤੇ ਇਹਨਾਂ ਨੇ ਜਾਲੀ ਨੰਬਰ ਵੀ ਲਗਾਏ ਨੇ ਅਤੇ ਇਹਨਾਂ ਦੇ ਖਿਲਾਫ਼ ਅਸੀਂ 473 ਦਾ ਵਾਧਾ ਵੀ ਕਰਾਂਗੇ ਅਤੇ ਵਾਧਾ ਕਰਕੇ ਇਹਨਾਂ ਦਾ ਜੋ ਦੋਸ਼ ਦੇ ਤਹਿਤ ਵੀ ਇਹਨਾਂ ਦਾ ਚਲਾਨ ਦਿੱਤਾ ਜਾਊਗਾ। ਸਰ ਜਿਨ੍ਹਾਂ ਦੇ ਮੋਟਰਸਾਈਕਲ ਚੋਰੀ ਹੋਏ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਇੱਥੇ ਫੜੇ ਗਏ? ਅਸੀਂ ਜੀ ਜੋ ਵੀ ਮੋਟਰਸਾਈਕਲ ਬਰਾਮਦ ਕੀਤੇ ਨੇ ਇਹਨਾਂ ਦੇ ਚੈਸੀ ਨੰਬਰ ਦੇ ਹਿਸਾਬ ਨਾਲ ਇਹਨਾਂ ਦੇ ਅਸਲ ਮਾਲਕ ਉਹਨਾਂ ਤੱਕ ਪਹੁੰਚਾਂਗੇ ਅਤੇ ਅਸੀਂ ਅਸਲ ਮਾਲਕਾਂ ਨੂੰ ਇਸ ਬਾਰੇ ਇਨਫੋਰਮ ਕਰਾਂਗੇ। ਅਸਲ ਮਾਲਕ ਆਪਣੇ ਮੋਟਰਸਾਈਕਲ ਕੋਰਟ ਕੋਲੋਂ ਲੈ ਸਕਦੇ ਨੇ ਅਤੇ ਅਗਰ ਕੋਈ ਮੋਟਰਸਾਈਕਲ ਤੁਹਾਨੂੰ ਲੱਗਦਾ ਕਿ ਤੁਸੀਂ ਕੋਰਟ ਕੋਲੋਂ ਨਹੀਂ ਲੈ ਸਕਦੇ ਉਸ ਦੇ ਲਈ ਪ੍ਰੋਪਰ ਪ੍ਰੋਸੀਜਰ ਹੁੰਦਾ, ਉਸ ਲਈ ਤੁਸੀਂ ਇੱਕ ਵਕੀਲ ਕਰੋ, ਵਕੀਲ ਕੋਰਟ ਦੇ ਵਿੱਚ ਉਹ ਆਪਣੀ ਪਟੀਸ਼ਨ ਪਾਉਂਦਾ ਵਾ, ਜਿਸ ਤੋਂ ਬਾਅਦ ਤੁਸੀਂ ਮੋਟਰਸਾਈਕਲ ਲੱਗਦਾ ਰਿਲੀਜ਼ ਕਰਵਾ ਸਕਦੇ। ਸਰ ਉਹਨਾਂ 'ਤੇ ਪਹਿਲਾਂ ਤਾਂ ਵੀ ਪਰਚੇ ਹੈਗੇ? ਇਹਨਾਂ ਵਿੱਚੋਂ ਜੋ ਇੱਕ ਦੋਸ਼ੀ ਲਵਪ੍ਰੀਤ ਸਿੰਘ ਹੈ ਇਸ 'ਤੇ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਹੈ। ਠੀਕ। ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਰਣਜੀਤ ਐਵਨਿਊ ਵਿਖੇ ਸਾਡੀ ਪੁਲਿਸ ਪਾਰਟੀ ਨੇ ਬੇਅੰਤ ਪਾਰਕ ਵਿਖੇ ਇੱਕ ਨਾਕਾ ਲਗਾਇਆ ਹੋਇਆ ਸੀ। ਸ਼ੱਕ ਦੇ ਆਧਾਰ 'ਤੇ ਜਦੋਂ ਅਸੀਂ ਦੋ ਨੌਜਵਾਨ ਨੂੰ ਰੋਕਿਆ ਤਾਂ ਉਹਨਾਂ ਕੋਲੋਂ ਸਾਨੂੰ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਹੋਇਆ, ਜਿਨ੍ਹਾਂ ਦੋਨਾਂ ਦਾ ਨਾਮ ਲਵਪ੍ਰੀਤ ਸਨ ਆਫ ਜਸਪਾਲ ਸਿੰਘ ਜੋ ਕਿ ਵਰਿਆਮ ਦਾ ਰਹਿਣ ਵਾਲਾ, ਅਤੇ ਦੂਸਰਾ ਦੋਸ਼ੀ ਸਰੂਪ ਸਿੰਘ ਸਨ ਆਫ ਸੰਦੋਖ ਸਿੰਘ ਜੋ ਕਿ ਚੂਚਕ ਵਾਲਾ ਅਜਨਾਲੇ ਦਾ ਰਹਿਣ ਵਾਲਾ। ਇਹਨਾਂ ਵਿੱਚ ਜੋ ਲਵਪ੍ਰੀਤ ਸਿੰਘ ਹੈ ਇਸ 'ਤੇ ਪਹਿਲਾਂ ਚੋਰੀ ਦਾ ਮੁਕੱਦਮਾ ਹੋਇਆ। ਜਦੋਂ ਅਸੀਂ ਦੋਨਾਂ ਨੂੰ ਅਰੈਸਟ ਕਰਕੇ ਇਹਦੀ ਇਨਵੈਸਟੀਗੇਸ਼ਨ ਆਰੰਭੀ ਤਾਂ ਜਦੋਂ ਅਸੀਂ ਕੋਰਟ 'ਚ ਪੇਸ਼ ਕੀਤਾ ਸਾਨੂੰ 2 ਦਿਨ ਦਾ ਰਿਮਾਂਡ ਮਿਲਿਆ, ਜਿਸ ਵਿੱਚ ਅਸੀਂ ਇਸ ਤੋਂ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ। ਦੁਬਾਰਾ 3 ਦਿਨ ਦਾ ਰਿਮਾਂਡ ਲੈ ਕੇ ਇਸ ਕੋਲੋਂ ਅਸੀਂ ਹੁਣ ਤੱਕ ਟੋਟਲ 11 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ।